6,12,000 ਚੈੱਕ ਕਰੋ ਕੁਆਲਿਟੀ, ਚੈੱਕ ਕਰੋ ਕੀ ਬਾਤ ਹੈ ਯਾਰ, ਡੋਰੀ ਬੜੀ ਚੁੱਕੀ ਆ, ਕਿੰਨੀ 32 ਤਾਰ ਹੀ ਨਾ, 32 ਤਾਰ ਡੋਰ ਚੈੱਕ ਕਰੋ ਯਾਰ, ਹੱਥ ਦੇ ਕਿੱਡੀ ਮੋਟੀ ਚੈੱਕ ਕਰੋ, ਕੀ ਅੰਤਰੀ ਸ਼ੈ ਹੈ ਵੇਖੋ, ਇਹਦੇ ਨਾਲ ਉੱਡਮ ਕੇ 6 ਤਾਰੇ ਉਹ ਜਿਹੜੇ ਡੋਲੇ ਹੁੰਦੇ ਨਾ ਐ ਕਰਕੇ ਉਹੀ ਆ, ਉਹੀ ਆ, ਉਹੀ ਇਹ ਵੀ ਇਹਦੇ ਨਾਲ 18 ਤਾਰ ਹੀ ਹੋ ਜੀ, ਅੱਛਾ 18 ਤਾਰ ਹੀ ਹੈ, ਇਹ ਵੀ ਉਹੀ ਪਾਕਿਸਤਾਨੀ ਹੈ ਸਾਰਾ, ਦੋਨੋਂ ਪਾਕਿਸਤਾਨੀ ਉਹ ਬਸ ਕਰੋ, ਹਾਂਜੀ ਹਾਂਜੀ ਮਹਾਰਾਜ ਪਿਛਲੇ ਸਾਲ ਵੀਡੀਓ ਬਣਾਈ ਨਾ, ਹਾਂਜੀ ਬੜਾ ਵਧੀਆ ਲੋਕਾਂ ਨੇ ਰਿਸਪੌਂਸ ਦਿੱਤਾ, ਮਤਲਬ ਮਜ਼ਾ ਵੀ ਆ ਗਿਆ, ਐਵੇਂ ਆਇਆ ਅਨਐਕਸਪੈਕਟਿਡ, ਕੀ ਕੋਈ ਸੋਚਿਆ ਨੀ ਕਿ ਮਤਲਬ ਆਪਾਂ ਮਤਲਬ ਮੇਰੇ ਸੁਰਲ ਸੁਰ ਤੋਂ ਪਤਾ ਲੱਗਣ ਡੈਣਾ, ਹੋਰ ਤੁਸੀਂ ਸੁਣਾਓ ਕਹਿੰਦੇ ਕੀ ਡੋਰ ਦਾ ਕੀ ਹਿਸਾਬ ਕਿਤਾਬ ਆ, ਐਰਕੀ ਤਾਂ ਗੱਟੂ ਗੁੱਟੂ ਤੇ ਸੁੱਖ ਨਾਲ ਐਰਕੀ ਬਾਬਾ ਬੰਦ ਹੀ ਕਰਾ ਦੇ, ਵਧੀਆ ਹੋ ਹੀ ਗਏ ਆ, ਹੋ ਹੀ ਗਏ ਆ, ਹੋ ਹੀ ਗਏ ਧਾਗੇ ਵਾਲੀ ਦਾ ਮਜ਼ਾ, ਹਾਥੂ ਤੁਮਾਰੀ ਦੇ ਨਾ ਧਾਗੇ ਵਾਲੀ ਨਾ ਗੁੱਡੀ ਡਾਈ ਦੀ ਆ, ਅੱਗੋਂ ਗੱਟੂ ਟੱਕਰ ਜਾਂਦਾ ਫਿਰ ਨੀ ਮਜ਼ਾ ਆਉਂਦਾ, ਮੈਂ ਕਹਿੰਦਾ ਸਾਰੇ ਧਾਗੇ ਵਾਲੇ ਹੁਣ ਫਿਰ ਮਜ਼ਾ ਆਊਗਾ, ਤੇ ਬਾਕੀ ਬੰਟੂ ਭਾਜੀ ਸੱਚ ਤੁਹਾਡਾ ਨਾ ਜਸਵਿੰਦਰ ਭਾਜੀ ਚਲੋ ਵਿਖਾਉਂਦੇ ਯਾਰ ਕੀ ਵਰਾਇਟੀ ਤੁਹਾਨੂੰ ਸਾਰਿਆਂ ਨੂੰ, ਤੇ ਵਧੀਆ ਵਧੀਆ ਕਮੈਂਟ ਕਰਿਓ, ਤੇ ਸਾਰੇ ਜਾਣੇ ਯਾਰ ਕੋਸ਼ਿਸ਼ ਕਰਿਓ ਆਪਾਂ ਧਾਗੇ ਵਾਲੀ ਡੋਰ ਨਾਲ ਗੁੱਡੀ ਡਾਈਏ, ਠੀਕ ਹੈ ਜੀ, ਕਿਉਂਕਿ ਧਾਗਾ ਜੋ ਨਾ ਧਾਗੇ ਦਾ ਗੁੱਡੀ ਜਦੋਂ ਮੁੜਦੀ ਹੈ ਨਾ ਸਾਰੇ ਪਾਸੇ ਮਜ਼ਾ ਆਉਂਦਾ ਯਾਰ ਉਹਦੇ ਨਾਲ, ਤੇ ਬਾਕੀ ਬੰਟੂ ਭਾਈ ਯਾਰ ਦੋਸਤ ਜਾਂ ਹੋਰ ਵੀ ਕਈ ਲੋਕੀ ਉਹਨਾਂ ਨੂੰ ਮਤਲਬ ਇੰਨਾ ਨੀ ਪਤਾ ਕਿਹੜੀ ਵਧੀਆ ਹੁੰਦੀ ਧਾਗੇ ਵਾਲੀ, ਧਾਗੇ ਵਾਲੀ ਵੇਖੋ ਗੁੱਡੀ ਦੇ ਹਿਸਾਬ ਨਾਲ ਡੋਰ ਹੁੰਦੀ ਆ, ਬਰੀਕ ਤੋਂ ਬਰੀਕ ਹੁੰਦੀ ਆ, ਮੋਟੀ ਤੋਂ ਮੋਟੀ, ਕਾਰੀਗਰ ਕਿਹੜੇ ਮਸ਼ਹੂਰ ਹੁੰਦੇ, ਵਾਧੂ ਕਾਰੀਗਰ ਆ, ਜ਼ਾਕਿਰ ਹੈਗਾ ਵਾ, ਮਕਸੂਦ ਹੈਗਾ ਵਾ, ਬਹੁਤ ਕਾਰੀਗਰ ਹੈਗੇ ਆ, ਬਾਕੀ ਜਿਹੜੇ ਰੇਟ ਰੂਟ ਆ ਉਹ ਤੁਸੀਂ ਭਾਈ ਨੂੰ ਫੋਨ ਕਰਕੇ ਪੁੱਛ ਲਿਓ, ਹਾਂਜੀ ਤੁਹਾਨੂੰ ਭਾਜੀ ਪੂਰੀ ਚੰਗੀ ਤਰ੍ਹਾਂ ਗਾਈਡ ਕਰਨਗੇ ਕਿ ਮਤਲਬ ਕਿਹੜੀ ਗੁੱਡੀ ਤੁਸੀਂ ਡਾਉਣੀ ਆ, ਉਹਦੇ ਹਿਸਾਬ ਨਾਲ ਤੁਹਾਨੂੰ ਡੋਰ ਦੇਣਗੇ ਕਿ ਨਹੀਂ ਭਾਜੀ, ਦੋ ਰੀਲਾਂ, ਅੱਛਾ ਇਹ ਦੋ ਰੀਲਾਂ, ਦੋ ਰੀਲਾਂ ਪੂਰੀਆਂ, ਮਤਲਬ ਵੇਟ ਵੀ ਬੜਾ ਯਾਰ, ਹਾਂਜੀ ਦੋ ਰੀਲਾਂ ਪੂਰੀਆਂ ਭਾਜੀ, ਇਹ ਕਿਹੜੀ ਮਤਲਬ ਕੰਪਨੀ ਦੀ ਆ, 12 ਤਾਰ ਸੇਮ ਹੋਈ, ਅੱਛਾ ਇਹ ਦੋ ਰੀਲਾਂ ਚ 12 ਤਾਰ ਆ, ਆ ਚੈੱਕ ਕਰ ਲਓ ਦੋ ਰੀਲਾਂ, ਮਤਲਬ ਆ ਡੋਰ ਇੱਥੋਂ ਸਟਾਰਟ ਹੁੰਦੀ ਤੇ ਪੂਰੀ ਇੱਥੋਂ ਤੱਕ ਭਰੀ ਆ, ਸ਼ੀਸ਼ੇ 'ਚ ਵਿਖੰਡਿਆ ਪੂਰਾ, ਕਈ ਲੋਕੀ ਕਹਿ ਦਿੰਦੇ ਆ ਹਾਂਜੀ 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 ਹਾਂਜੀ, ਪਰ ਹੁੰਦੀਆਂ ਨਹੀਂ, ਪਰ ਆ ਲੈਂਥ ਪੂਰੀ ਹੋ ਗਈ ਭਾਜੀ, ਪੂਰੀ ਵਿਖੰਡੀ, ਉਹਦੀ ਗਾਰੰਟੀ ਪੂਰੀ, ਕਿਉਂਕਿ ਭਾਜੀ ਸਪੈਸ਼ਲੀ ਉੱਥੋਂ ਲਵਾ ਕੇ ਲਿਆਉਂਦੇ ਭਾਈ, ਚੱਲਦੇ ਨੇ ਕਿਤੇ ਤੁਸੀਂ ਹੋ ਯਾਰ, ਹਾਂਜੀ ਬਰੇਲੀ ਬਰੇਲੀ ਉੱਥੋਂ ਭਾਈ ਆਪ ਲਵਾ ਕੇ ਲਿਆਉਂਦੇ, 4 ਰੀਲਾਂ, ਇਹ 4 ਰੀਲਾਂ, ਕਿਆ ਬਾਤ, 6 ਤਾਰ 24 ਕੈਰਟ ਰੰਗ ਦੀ ਹਾਂਜੀ, ਇਹਦੇ ਚ ਤੁਹਾਨੂੰ ਪਲੇਨ ਵੀ ਮਿਲ ਜਾਣਗੇ,
ਅੱਛਾ ਪਲੇਨ ਕਲਰ ਵੀ ਹੈਗੇ ਆ ਸਾਰੇ ਮਤਲਬ 12 ਤਾਰੀ ਸਾਰੀ 12 ਤਾਰੀ ਇਹ ਕਿੰਨੀਆਂ ਰੀਲਾਂ 4 ਬਾਕੀ ਯਾਰ ਰੇਟ ਰੂਟ ਤੁਸੀਂ ਕਮੈਂਟ ਆ ਦੇਣਾ ਕਿਉਂਕਿ ਯਾਰ ਰੇਟ ਨਹੀਂ ਦੱਸਿਆ ਰੇਟ ਬਾਈ ਜੀ ਹੁਣਾਂ ਨੂੰ ਤੁਸੀਂ ਫੋਨ ਕਰਕੇ ਪੁੱਛਿਓ ਚੰਗੀ ਤਰ੍ਹਾਂ ਮਤਲਬ ਤੁਹਾਨੂੰ ਐਂ ਸਾਰਾ ਗਾਈਡ ਕਰਦੇ ਕਿਉਂਕਿ ਬਾਈ ਤੁਸੀਂ ਕਿਹੜੀ ਗੁੱਡੀ ਲਾਉਣੀ ਕਿਉਂਕਿ ਤਾਂ ਗਿਆ ਨਾ ਕਈ ਦੋਰਾਂ ਨੇ ਐਵੇਂ ਲੋਕੀ ਜਿਹੜਾ ਅਸੀਂ ਵੇਖ ਕੇ ਲੈ ਜਾਂਦੇ ਹੁੰਦੇ 16 ਤਾਂ ਡਾਈ 12 ਤਾਂ ਡਾਈ ਤੇ ਬਾਅਦ ਚ ਲੋਕਾਂ ਨੂੰ ਮਜ਼ਾ ਨਹੀਂ ਆਉਂਦਾ ਡੋਰ 9 ਤਾਂ ਤੇਜਸ ਤੇਜਸ ਕੰਪਨੀ ਮਤਲਬ ਹਾਂਜੀ ਕੋਰਸ ਕੰਪਨੀ ਹੈ ਵੀ ਕੋਰਸ ਹੈ ਵੀ ਕੋਰਸ ਆ ਸੇਮ ਹੈ ਦੋਵੇਂ ਨਾ ਮਤਲਬ ਕੰਪਨੀ ਦਾ ਧਾਗੇ ਦਾ ਫਰਕ ਹੈ ਅੱਛਾ 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 ਉਹ ਹੈਗਾ ਕੋਰਸ ਕੰਪਨੀ ਦਾ ਹੀ ਹੈ ਫਰਕ ਵੀ ਲੱਗਣ ਆਇਆ ਥੋੜਾ ਇਹ 9 ਤਾਰ ਹੈ ਮੋਟੀ ਹੈ ਥੋੜੀ ਅੱਛਾ ਇਹ 9 ਤਾਰ ਹੈ ਹਾਂਜੀ ਉਹ 6 ਤਾਰ ਆ 6 ਤਾਰ ਉਹ 9 ਤਾਰ ਹੈ ਮੈਨੂੰ ਯਾਰ ਵੇਟ ਹੀ ਬੜਾ ਯਾਰ ਤੇ ਰੱਖੜੀ ਰੱਖਦਾ ਹੈ ਵਰਧਮਾਨ ਦੇ ਛੋਟੇ ਹੁੰਦੇ ਸੁਣਦੇ ਵਰਧਮਾਨ ਦੇ ਇੱਕ ਪਾਂਡਾ ਦਾ ਹੁੰਦਾ ਸੀ ਉਹ ਜਿਹੜਾ ਗੱਟੂ ਜਿਹਾ ਕੀ ਜਾਂਦਾ ਹੁੰਦਾ ਸੀ ਉਹ ਲਵਾਈ ਦੀ ਅਸੀਂ ਪਹਿਲਾਂ ਉਹ ਵੀ ਕਿ ਸਮੇਂ ਹੁੰਦੇ ਸੀ ਜਦੋਂ ਚੁੰਗੀ ਦੇ ਲਵਾਈ ਦੀ ਚੁੰਗੀ ਲਵਾਈ ਦੀ ਹਾਂ ਇਹ ਕਿੰਨੇ ਤਾਰ ਆ 9 9 ਤਾਰ ਕਿੰਨੀ ਆ ਇਹਦਾ 4 ਰੀਲਾਂ ਚੈੱਕ ਕਰੋ ਯਾਰ ਕੁਆਲਿਟੀ ਹੂੰ ਤੁਹਾਡੇ ਸਾਹਮਣੇ ਪੂਰੀ ਫੁੱਲ ਭਰੀ ਆ ਮੇਰਾ 12 ਤਾਰ 12 ਤਾਰ ਲੋਕਾਂ ਨੇ ਮਸ਼ਹੂਰ ਕੀਤੀ ਨਾ 6 ਰੀਲਾਂ ਇਹ ਸੁਲਤਾਨ ਦੀ ਹੈ ਨਾ ਹਾਂਜੀ ਹਾਂਜੀ 6 ਰੀਲਾਂ 6 ਰੀਲਾਂ 12 ਤਾਰ ਚੈੱਕ ਕਰੋ ਯਾਰ ਇਹ ਮੁੱਕਦੀ ਨੀ ਛੇਤੀ ਰੱਖਣੀ ਬਾਰਾਂ ਤਾਰ ਹੀ ਨਾ ਹਾਂਜੀ ਸੋਲਾਂ ਤਾਰ ਇਹ ਤਾਂ ਇਹ ਇਹ ਕਿੰਨੀਆਂ ਰੀਲਾਂ 6 ਇਹ ਮੋਟੀ ਹੋਣ ਕਰਕੇ ਜ਼ਿਆਦਾ ਜ਼ਿਆਦਾ ਹੈ ਨਾ ਜੀ ਥੋੜੀ ਅਪ ਹੁੰਦੀ ਹੈ ਕੁਆਲਿਟੀ ਚੈੱਕ ਕਰਾ ਕੀ ਬਾਤ ਹੈ ਯਾਰ ਡੋਰੀ ਬੜੀ ਚੱਕੀ ਆ ਭਾਈ ਇਹਦੇ ਨਾਲ ਪਤੰਗ ਲਾਈ ਹੋਏ ਨਾ ਭਾਈ ਬਿਲਕੁਲ ਭਾਈ ਤੇ ਕਸ ਪਈ ਹੋਏ ਤੇ ਗੱਟੂ ਲੱਗੇ ਨਾ ਲੱਗੇ ਨੇ ਬਸ ਕੋਈ ਹੱਥ ਮਾਰਨ ਵਾਲਾ ਨਾ ਹਾਂ ਹੱਥ ਮਾਰਨ ਵਾਲਾ ਤੈਨੂੰ ਸਖਤ ਨਾ ਮੈਂ ਵੀ ਬੜੇ ਛੋਟੇ ਹੁੰਦੇ ਮਾਰ ਛੱਡੇ ਹੱਥ ਬੜੀਆਂ ਗਾਲਾਂ ਖਾਧੀਆਂ ਲੋਕਾਂ ਕੋਲ ਪਰ ਹੁਣ ਥੋੜੀ ਅੱਗ ਲੱਗ ਗਈ ਕਿ ਨਹੀਂ ਯਾਰ ਜੋ ਪੇਚਾ ਵਧਾਉਂਦਾ ਮੈਂ ਨਾ ਸਾਫ਼ ਕਰਨ ਦਾ ਉਹ ਸਾਫ਼ ਦਾ ਹੀ ਮਜ਼ਾ ਕਈ ਲੋਕਾਂ ਨੇ ਮੈਂ ਪਹਿਲਾਂ ਦੱਸਦਾ ਦੁਕਾਨਾਂ ਤੇ ਰੱਖੜੀਆਂ ਰੱਖੀਆਂ ਉਹ ਪਰ ਉਹ ਕਿੱਦਾਂ ਦੀਆਂ ਚ ਰੱਖੜੀਆਂ ਤੁਸੀਂ ਦੱਸੋ ਜਿੱਦਾਂ ਨਾ ਉਹ ਲੋਕਲ ਜਿੱਦਾਂ ਹੁੰਦੀਆਂ ਭਾਈ ਉਹ ਫਟਿਆ ਹੁੰਦੇ ਆ 6 ਕਹਿ ਕੇ ਤੁਹਾਨੂੰ ਦੇਣੀਆਂ 3 ਹੀ ਉਹਨਾਂ ਨੇ ਓਏ ਯਾਰ ਆ ਕਿੰਨੇ ਤਾਰ ਆ 32 ਤਾਰ ਬੱਲੇ ਬੱਲੇ ਆ ਕਿੰਨੀ 24 ਹਾਂ 24 ਅੱਛਾ ਇਹ ਇਤੋਂ ਵੀ ਮੋਟੀ ਆ ਵਾਲੀ ਹਾਂਜੀ ਕੀ ਆ ਆਪਣੇ ਇਥੋਂ ਦੀ ਬਰੇਲੀ ਹਾਂ ਇਹ ਇਥੋਂ ਦੀ ਬਰੇਲੀ ਦੀ ਯਾਰ ਜੇ ਆਪਣੇ ਇੱਥੇ ਏਡੀ ਮੋਟੀ ਮਿਲਦੀ ਫਿਰ ਆਪਾਂ ਪਾਕਿਸਤਾਨੀ ਨੂੰ ਕਰਨਾ ਕਈਆਂ ਨੂੰ ਸ਼ੌਕ ਹੁੰਦਾ ਭਾਈ ਉਹ ਤਾਂ ਚਲੋ ਇੱਕ ਹੁੰਦਾ ਨਾ ਕਿ ਬੰਦੇ ਨੂੰ ਮਨ ਚ ਹੁੰਦਾ ਕਿ ਯਾਰ ਪਾਕਿਸਤਾਨ ਦਾ ਡੋਰ ਮਿਲੀ ਪਰ ਯਾਰ ਆਪਣੇ ਇੰਡੀਆ ਜਾਂ ਬਰੇਲੀ ਚ ਏਡੀ ਵਧੀਆ ਡੋਰ ਮਿਲਦੀ ਕਿੰਨੀ 32 ਤਾਰ ਹੀ ਨਾ 32 ਤਾਰ ਡੋਰ ਚੈੱਕ ਕਰੋ ਯਾਰ ਹੱਥ ਦੇ ਕਿੱਡੀ ਮੋਟੀ ਚੈੱਕ ਕਰੋ ਬਾਈ ਇਹਦੇ ਨਾਲ 6 ਤਾਂ ਵੱਡਾ ਆਉਣਾ ਜਾਂ ਵੱਡੀ ਤੰਗ ਡਾਈ ਹੋ ਜੂ ਨਹੀਂ ਉਹੀ ਹੈ ਬਾਈ ਛੋਟੇ ਉੱਡ ਰਹੇ ਨਹੀਂ ਉਹੀ ਤਾਂ ਲਮਕ ਜਾਣੀਆਂ ਡੋਰ ਛੋਟੇ ਅੰਦਰ ਨਾ 16 ਤਾਰ ਦਾ ਗੁੱਡੀ ਡਾਈ ਡੇਢ ਤਾਂ ਉਹ ਗੁੱਡਾ ਉਹਦਾ ਡੋਰ ਹੈ ਲਮਕ ਜਾਣੀ ਨਾ ਡੋਰ ਇਹ ਕਿੰਨੇ ਇਹ
ਬਾਰੇ ਦੱਸੋ ਪਾਕਿਸਤਾਨੀ ਹੈਗਾ ਸਤਰੰਗਾ ਚੰਗਾ ਫਾ ਆ ਨਹੀਂ ਕੱਲਾ ਬੰਦਾ ਕੀ ਕਿੱਦਾਂ ਲਵੇਟੂਗਾ ਇਹ ਚਰਖੀ ਦੇ ਲਵੇਟ ਕੇ ਸੁਣਾ ਭਾਜੀ ਉਹਨਾਂ ਕੋਲ ਉਹਨਾਂ ਕੋਲ ਸਾਰਾ ਕੁਝ ਹੁੰਦਾ ਕੋਈ ਮਸ਼ੀਨ ਹੁੰਦੀ ਆ ਅੱਛਾ ਇਹ ਖਾਲੀ ਚਰਖੜੀ ਤੇ ਲਵੇਟ ਕੇ ਫੇਰ ਉੱਤੋਂ ਨਹੀਂ ਲੱਗੂਗਾ 6 ਕਿਲੋ ਦਾ ਤੇ ਦੁਬਈ ਤੋਂ ਯੂ ਐਸ ਸਿੱਧਾ ਇੰਡੀਆ ਨਹੀਂ ਆਉਂਦੇ ਨਹੀਂ ਕਿਉਂ ਉਹ ਭੇਜਦੇ ਨੀ ਵਾਇਆ ਦੁਬਈ ਬੜੇ ਮਾੜੇ ਸਮਝਦੇ ਯਾਰ ਮਾੜੀ ਗੱਲ ਯਾਰ ਏਦਾਂ ਭਾਈਚਾਰਾ ਨੀ ਲੱਗਣਾ ਵਾਇਆ ਦੁਬਈ ਗਲਤ ਗੱਲ ਯਾਰ ਹਨਾ ਸਿੱਧਾ ਭੇਜਣਾ ਚਾਹੀਦਾ ਲਾਗੋ ਲੱਗ ਭਾਵੇਂ ਉੱਥੋਂ ਫੜ ਕੇ ਲੈ ਆਏ ਆਪ ਮਾੜਾ ਜਿਹਾ ਫੜਾ ਦੇ ਯਾਰ ਇੱਧਰੋਂ ਹਨਾ ਬਹੁਤ ਮਾੜੀ ਗੱਲ ਤੇ ਬਾਕੀ ਹੁਣ ਆਪਾਂ ਕੋਈ ਯਾਰ ਆਪਾਂ ਆਪਣੀਆਂ ਮੇਨ ਇੱਥੇ ਨਾ ਵਨ ਟੂ ਕਾਈਟ ਸਟੋਰ ਪਤੰਗਾ ਜਿਹੜੀਆਂ ਫੇਮਸ ਆ ਮੇਰੀ ਮੇਨ ਪਤੰਗ ਭਾਈ ਮੇਨ ਪਤੰਗ ਤੇ ਡੋਰ ਦੇ ਕੰਮ ਕਿਉਂਕਿ ਭਾਈ ਆਪ ਜਿਹੜੇ ਹੈਗੇ ਰੱਖਦੇ ਗਰਾਊਂਡ ਦਾ ਸ਼ੌਂਕ ਆ ਤੇ ਭਾਈ ਪਤੰਗਾਂ ਮਾਰੀਆਂ ਆਈਆਂ ਨਜ਼ਰ ਮਰਾਓ ਯਾਰ ਆ ਦੇਖੋ ਭਾਈ ਕੱਲ ਹੀ ਆਈ ਜੇ 300 ਪਤੰਗ ਅੱਛਾ ਇਹ ਗਰਾਊਂਡ ਦਾ ਸਾਰੀ ਗਰਾਊਂਡ ਦਾ ਗਰਾਊਂਡ ਨਹੀਂ ਨਹੀਂ ਕੋਠੇ ਉੱਡਣ ਵਾਲੀ ਵੀ ਹੈਗੀ ਆ ਇਹ ਕੋਠੇ ਉੱਡਣ ਵਾਲੀ ਆ ਇਹ ਗਰਾਊਂਡ ਦੀ ਆ ਅੱਛਾ ਇਹ ਗਰਾਊਂਡ ਦੀ ਆ ਅੱਖੋ ਪਤੰਗ ਕਿੰਨੀ ਸਫਾਈ ਫੁੱਲ ਵੰਸੀ ਆ ਕਿੰਨੀ ਮਤਲਬ ਸਫਾਈ ਯਾਰ ਪਤੰਗ ਦੇ ਬਹੁਤ ਵਧੀਆ ਇਹ ਕਿੰਨੀ ਕਿੰਨਾ ਸਾਈਜ਼ ਇਹਦਾ 4 ਸਾਈਜ਼ ਜਿਹੜੀ ਆਪਾਂ ਨੋਰਮਲ ਪਤੰਗ ਤੇ ਕੁੱਪ ਚ ਫਰਕ ਕੀ ਹੁੰਦਾ ਵਾ ਕੁੱਪ ਦਾ ਭਾਜੀ ਆਪਣਾ ਹੀ ਵੱਖਰਾ ਨਜ਼ਾਰਾ ਡਾਂ ਦਾ ਜਿੱਦਾਂ ਮੰਨ ਲਓ ਕਿ ਕੋਪਾ ਥੱਲਿਓਂ ਵੱਡਾ ਜਾਂਦਾ ਡੂੰਘਾਈ ਹੁੰਦੀ ਹੈ ਦੇਖੋ ਤੇ ਇਹਦਾ ਮਤਲਬ ਮੇਨ ਫਰਕ ਕੀ ਹੁੰਦਾ ਨੋਰਮਲ ਪਤੰਗ ਨਾਲ ਇਹ ਭਾਜੀ ਇਹਨੇ ਬਸ ਹੈਗਾ ਇੱਕ ਸਾਈਜ਼ ਇੱਕ ਵਾਰੀ ਆਇਆ ਬਹਿ ਬਹਿ ਕੇ ਚੱਲਣਾ ਹੁੰਦਾ ਪੂਰਾ ਆਇਆ ਅਰਮਾਨ ਨਾਲ ਅੱਛਾ ਚੱਲਦਾ ਜਿੱਦਾਂ ਨੋਰਮਲ ਪਤੰਗ ਸਵਾਦ ਲੈਂਦੇ ਆ ਮਤਲਬ ਵਧੀਆ ਪੇਚਾ ਹੁੰਦਾ ਇਹਦੇ ਨਾਲ ਅੱਛਾ ਅੱਛਾ ਹਾਂ
ਰਾਮਪੁਰੀ ਜਿਹਨੂੰ ਕਹਿੰਦੇ ਹਾਂਜੀ ਇਹ 5 ਰੁਪਏ ਦਾ ਪੀਸ ਹਾਂਜੀ ਸਹੀ ਆ ਸਫਾਈ ਵੀ ਗੱਡੀ ਤੋਂ ਬਾਅਦ ਖੈਰ ਮੇਰੀ ਫੇਵਰੇਟ ਗੁੱਡੀ ਪਿਛਲੀ ਜਿਹੜੀ ਖੜੇ ਅਸੀਂ ਬੜੇ ਇਹਨਾਂ ਖਿੱਚੀਆਂ ਮਾਰੀਆਂ ਬਸੰਤ ਦੇ ਮਤਲਬ ਆਹ ਗੁੱਡੀ ਦੀ ਨਾ ਸਫਾਈ ਚੈੱਕ ਕਰੋ ਤੀਲਾ ਵੀ ਇਹ ਕੀ ਰੇਟ ਹੈ ਇਸ ਟਾਈਮ ਚੱਲਣ ਦੀ 120 ਰੁਪਏ ਦਰਜਨ ਕਲਰ ਤੁਹਾਨੂੰ ਵਾਧੂ ਮਿਲਣਗੇ ਇਹਦੇ ਵਿੱਚ ਅੱਜ ਲੱਗੇ ਹੋਏ ਚੈੱਕ ਕਰੋ ਇਹਦੇ ਨਾਲ ਯਾਰ ਆਪਣੀ ਜਿਹੜੀ ਆਪਾਂ ਲੋਕੀ ਕਹਿੰਦੇ ਧਾਗੇ ਵਾਲੀ ਨਾ ਕਹੀ ਉਹ ਛੋਟੀ ਗੁੱਡੀ ਉਹ ਆਪਾਂ ਦੱਸੀਏ ਕਿ ਜਿਹੜੀ ਛੋਟੀ ਗੁੱਡੀ ਆਪਾਂ ਕੋਲ ਡੋਰ ਹੈਗੀ ਬਰੀਕ ਹਾਂਜੀ ਉਹ ਦਿਖਾਓ ਯਾਰ ਆਪਾਂ ਦਿਖਾਈ ਨੀ ਧਾਗੇ ਵਾਲੀ ਬਰੀਕ ਉਹ ਛੋਟੀਆਂ ਵਾਸਤੇ ਵੀ ਡੋਰ ਧਾਗੇ ਵਾਲੀ ਤੇ ਤਾਂ ਛੋਟੀਆਂ ਗੁੱਡੀ ਹੈ ਗੁੱਡੀ ਲਾਣ ਵਾਸਤੇ ਆ ਡੋਰ ਹੈ ਆਹ ਚੈੱਕ ਕਰੋ ਆ ਫੜੇ ਵੀ ਸੀ 28 C28 ਕਹਿੰਦੇ ਇਹਨੂੰ ਹਾਂਜੀ C28 ਕਿੰਨੀ ਬਰੀਕ ਡੋਰਾ ਚੈੱਕ ਜਿੱਦਾਂ ਵਾਲ ਜਿਹਾ ਨਹੀਂ ਹੁੰਦਾ ਉਦਾਂ ਡੋਰ ਹੈ ਇਹਦੇ ਨਾਲ ਲੋਕੀ ਮਾਰਦੇ ਜਿਹੜੇ ਉਹ ਖਿੱਚੀ ਖੁੱਚੀ ਮਾਰਦੇ ਨਾ ਲੋਕੀ ਉੱਧਰ ਹਾਂਜੀ 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 ਬਿਲਕੁਲ ਪਿਛਲੀ ਦੀ ਆਪਾਂ ਹਾਂਜੀ ਗੁੱਡੇ ਦਾ ਨਾ ਵੇਟ ਬੜਾ ਸੀ ਭਾਜੀ ਹਵਾ ਚ ਢਾਓਗੇ ਤੇ ਸਭ ਕੁਛ ਮਿਲੂਗਾ ਤੁਹਾਨੂੰ ਪੇਚਾ ਧੋਣ ਦਾ ਗੁੱਡੇ ਨਾਲ ਮਾਰੀ ਕਰਦੀ ਗੁੱਡੀ ਢਾਣ ਦਾ ਮਜ਼ਾ ਹੀ ਆ ਜਾਗਾ ਜੇ ਜਿੰਨਾ ਛੋਟਾ ਨਾ ਉਨੀ ਖਿੱਚ ਪਾਉਂਦਾ ਸੀ ਉਹਨਾਂ ਦਿਖਾ ਹੈ ਜੋਰ ਬੜਾ ਹੋਣਾ ਮਾਨਸੀ ਬਣੀ ਹੈ ਮਾਨਸੀ ਦਾ ਜੋਰ ਤੇ ਹੋਣੇ ਹੁਣ ਡਿਜ਼ਾਇਨ ਵੀ ਪੂਰਾ ਕਹਿ ਬਾਕੀ ਲੱਕੜੂ ਗਾਰਡ ਚ ਹਾਂਜੀ ਪੰਜਾਹ ਰੁਪਏ ਪੀਸ ਹੈ
ਸਹੀ ਹੈ ਪ੍ਰੋਪਰ ਸਫਾਈ ਸਿੰਗਲ ਕਲਰ ਡਾਉਣ ਦਾ ਮਜ਼ਾ ਬੜਾ ਆਉਂਦਾ ਸੇਮ ਰੇਟ ਸਾਰੇ ਸਾਰਿਆਂ ਦਾ ਸੇਮ ਰੇਟ ਭਾਜੀ ਤੁਹਾਨੂੰ ਗਾੜ ਛੱਜ ਪਰੀ 50 ਰੁਪਏ ਚੱਲਦੇ ਬਾਕੀ ਆਇਆ ਸੀ ਇੱਕ ਰਿਚਾਤੀ ਆ ਜਿਹੜੇ ਭਾਜੀ ਤਿੰਨ ਤਾਂ ਵੀ ਇਹ ਤਿੰਨ ਤਾਂ ਵੀ ਭਾਜੀ ਬਟਰ ਪੇਪਰ ਦੀ ਕਿੱਦਾਂ ਨਹੀਂ ਜੀ ਅੱਛਾ ਲੋਰ ਹੋ ਜੀ ਇਹ ਹੈਗਾ ਤਿੰਨ ਤਾਂ ਵੀ ਕੀ ਆ ਜਿਹੜੇ ਕਾਰੀਗਰ ਦਾ ਬਣਿਆ ਆਪਣਾ ਸੋਨੂ ਵੀ ਜਣ ਸੋਨੂ ਵੀ ਜਣ ਦਾ ਹੈ ਗੁੱਡੀਆਂ ਗੱਡੀਆਂ ਵਾਲੇ ਕੰਮ ਚਾਹੇ ਪਰ ਨਾ ਸੁਣਿਆ ਬੰਦੇ ਦਾ ਛੋਟੀਆਂ ਪਈਆਂ ਸਾਰੀਆਂ ਆਜੋ ਉਧਰ ਤੁਹਾਨੂੰ ਬਾਕੀ ਬੰਡੂ ਭਾਈ ਮੇਨ ਚੀਜ਼ ਸਾਰਾ ਸਟੋਰ 'ਤੇ ਤੁਹਾਨੂੰ ਤੁਸੀਂ ਵਿਖਾ ਦਿੱਤਾ ਮਤਲਬ ਸਾਰਾ ਮਤਲਬ ਜਿੰਨੇ ਵੀ ਕਿਸੇ ਨੇ ਗੁੱਡੀ ਮਤਲਬ ਬੜੇ ਲੋਕੀ ਨਾ ਜਿਨ੍ਹਾਂ ਨੂੰ ਡੋਰਾਂ ਬਾਰੇ ਪਤਾ ਹੀ ਨਹੀਂ ਆ ਮੈਨੂੰ ਆਪ ਨਹੀਂ ਪਤਾ ਕਿਉਂਕਿ ਹਵਾਵਾਂ ਦੇ ਹਿਸਾਬ ਨਾਲ ਗੁੱਡੀ ਹੁੰਦੀ ਆ ਕੋਈ ਐਵੇਂ ਮੈਂ ਇੱਕੋ 16 ਤਰ ਪਈ ਮੈਂ ਐਵੇਂ ਡਾਈ ਜਾਣ ਡਿਆ ਉੱਦਣ ਹਵਾ ਵੀ ਨਹੀਂ ਹੈਗੀ ਕਿਉਂਕਿ ਡੋਰ ਉੱਡਦੀ ਹਵਾ ਦੇ ਹਿਸਾਬ ਨਾਲ ਬਿਲਕੁਲ ਅਤੇ ਤਾਂ ਜੇ ਕਿਸੇ ਨੇ ਵੀ ਮਤਲਬ ਡੋਰ ਲੈਣੀ ਆ ਧਾਗੇ ਵਾਲੀ ਜੇ ਕੋਈ ਸ਼ੌਕੀਨ ਬੰਦਾ ਹੈਗਾ ਤਾਂ ਭਾਈ ਨੂੰ ਫੋਨ ਕਰੋ ਰੇਟ ਤੁਹਾਨੂੰ ਦੱਸਣਗੇ ਸਾਰਾ ਜੋ ਵੀ ਹੈਨਾ ਹਾਂਜੀ ਸਾਰਾ ਤੁਹਾਨੂੰ ਜਿਹੜੇ ਸਾਈਜ਼ ਦੀ ਗੁੱਡੀ ਲਾਓਗੇ ਉਹ ਸਾਡਾ ਤੁਹਾਨੂੰ ਦੱਸ ਕਿ ਕਿਹੜੀ ਆਵਾਜ਼ ਤੁਸੀਂ ਡੋਣੀ ਪਤੰਗ ਡੋਣੀ ਗੁੱਡੀ ਡੋਣੀ ਉਹਦੇ ਸਾਨੂੰ ਤੁਹਾਨੂੰ ਪੂਰਾ ਗਾਈਡ ਕਰਦੇ ਕਿ ਕਿਹੜੀ ਡੋਰ ਤੁਹਾਨੂੰ ਸਹੀ ਦਿੰਦੀ ਕਿਉਂਕਿ ਨਹੀਂ ਤਾਂ ਸ਼ੌਕ ਨਾਲ ਲੋਕੀ ਲੈ ਜਾਂਦੇ ਵਿਚਾਰੇ ਹਾਂ ਛੋਟੀਆਂ ਗੁੱਡੀਆਂ ਡਾਉਣਗੇ 16 ਤਾਰ ਨੂੰ ਮਜ਼ਾ ਨਹੀਂ ਆਉਂਦਾ 16 ਤਾਰ ਵੀ ਕਿਸੇ ਹੱਦ ਤੱਕ ਕਿਸੇ ਚੀਜ਼ ਨਾਲ ਬਿਲਕੁਲ 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 ਬਾਕੀ ਤੁਸੀਂ ਯਾਰ ਐਡਰੈਸ ਦੱਸੋ ਮਾੜਾ ਇਹਦੇ ਫੋਨ ਨੰਬਰ ਦੱਸੋ ਵੀਰ ਜੀ ਮੇਰਾ ਫੋਨ ਨੰਬਰ ਹੈਗਾ 98555 23261 ਐਡਰੈਸ ਹੈਗਾ ਜੀ ਜਲੰਧਰ ਵਾਲੀ ਚੁੰਗੀ ਤੋਂ ਥੋੜ੍ਹਾ ਜਿਹਾ ਅੱਗੇ ਜਾਓਗੇ ਸੱਜੇ ਹੱਥ ਗਲੀ ਆਉਂਦੀ ਹੈ ਡੇਰੀ ਦੇ ਬਾਹਰ ਉਹ ਗਲੀ 'ਚ ਜਦੋਂ ਐਂਟਰ ਕਰੋਗੇ ਸੱਜੇ ਹੱਥ ਦੂਜੀ ਗਲੀ 'ਚ ਮੇਰੀ ਦੁਕਾਨ ਬਾਕੀ ਮੇਨ ਤੁਸੀਂ ਅਲਫਾ ਮਾਲ ਲੱਗ ਕੇ ਆ ਗਏ ਹਾਂ ਮੈਨੂੰ ਕਾਲ ਕਰੋ ਕਾਲ ਕਰ ਲਓ ਐਡਰੈਸ ਆਪੇ ਸਮਝਾ ਲਾਂਗੇ ਆਪੇ ਤੁਹਾਨੂੰ ਭਾਈ ਸਮਝਾ ਕੇ ਲੋਕੇਸ਼ਨ ਪਾ ਦਾਂਗੇ ਨਹੀਂ ਤਾਂ ਚੱਕਰ ਨਹੀਂ ਅਤੇ ਬਾਕੀ ਜ਼ਰੂਰ ਛੇਤੀ ਤੋਂ ਛੇਤੀ ਵਿਜ਼ਿਟ ਕਰਿਓ ਅਤੇ ਧੰਨਵਾਦ ਭਾਈ ਠੀਕ ਹੈ ਭਾਈ ਟਾਈਮ ਦੇਣ ਲਈ ਅਤੇ ਜਿਹੜਾ ਕੋਈ ਇੱਥੋਂ ਜਿੰਨੇ ਵੀ ਕਹਿੰਦੇ ਇੱਥੋਂ ਚਰਖੜੀ ਖੜੀ ਆ ਜਾਂ ਕਿਸੇ ਨੇ ਖੜਨੀ ਆ ਤਾਂ ਜ਼ਰੂਰ ਕਮੈਂਟ ਕਰਿਓ ਪਤਾ ਲੱਗ ਜਾਂਦਾ ਕਿ ਹਾਂ ਬਿਲਕੁਲ ਬਿਲਕੁਲ ਕੀ ਵੀਰ ਭਰਾ ਹੁਣ ਚੀਜ਼ ਪੂਰੀ ਨਿਕਲਦੀ ਹੈ ਕਿ ਨਹੀਂ ਨਿਕਲਦੀ ਮਤਲਬ ਉਹ ਤਾਂ ਗਰੰਟੀ ਆਪਣੀ ਕੀ ਕੋਈ ਚੀਜ਼ ਖਰਾਬ ਨਹੀਂ ਹੈ ਬਾਕੀ ਜਦੋਂ ਸੋਹਣੇ ਸੋਹਣੇ ਕਮੈਂਟ ਕਰ ਦਿੰਦੇ ਜਿਹੜੇ ਲੋਕੀ ਲੈ ਕੇ ਗਏ ਹੁੰਦੇ ਆ ਤੇ ਜਿਹੜੇ ਹੋਰ ਨਵੇਂ ਬੰਦੇ ਜੁੜਦੇ ਉਹਨਾਂ ਨੂੰ ਪਤਾ ਲੱਗ ਜਾਂਦਾ ਕਿ ਯਾਰ ਘੈਂਟ ਚੀਜ਼ ਆ ਉਹਦੇ ਕਰਕੇ ਤੁਸੀਂ ਸਾਰੇ ਆਪਣੇ ਸੁਜੈਸ਼ਨ ਦਿਓ ਠੀਕ ਹੈ ਜੀ ਮਿਲਦੇ ਤੁਹਾਨੂੰ ਫਿਰ ਨਵੀਂ ਵੀਡੀਓ ਠੀਕ ਹੈ ਓਕੇ ਭਾਈ ਧੰਨਵਾਦ ਭਾਜੀ